ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈਮਨ ਸੋਡਾ ਬਣਾਵਾਂਗੇ। ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ। ਇਹ ਲੈਮਨ ਸੋਡਾ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗਦਾ ਹੈ ਅਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ। ਚਲੋ ਜੀ ਆਪਾਂ ਵੇਖ ਲੈਂਦੇ ਹਾਂ ਇਹ ਲੈਮਨ ਸੋਡਾ ਕਿਵੇਂ ਬਣਦਾ ਹੈ। ਇਸਦੇ ਲਈ ਆਪਾਂ ਇੱਥੇ 5 ਪੈਕਟ ਹਾਜਮੁਲੇ ਦੇ ਲਏ ਨੇ। ਥੋੜ੍ਹੇ ਜਿਹੇ ਫਰੈਸ਼ ਪੁਦੀਨੇ ਦੇ ਪੱਤੇ ਲਵਾਂਗੇ, 1 ਚਮਚ ਪੀਸੀ ਹੋਈ ਚੀਨੀ ਲਵਾਂਗੇ, ਜਾਂ ਜਿੰਨਾ ਕੁ ਮਿੱਠਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਚੀਨੀ ਲਵਾਂਗੇ, 1 ਨਿੰਬੂ ਲਵਾਂਗੇ, ਇਹ ਸਾਰਾ ਸਮਾਨ ਲਵਾਂਗੇ। ਹੁਣ ਆਪਾਂ ਲੈਮਨ ਸੋਡਾ ਬਣਾਵਾਂਗੇ। ਹਾਜਮੁਲੇ ਦੀਆਂ ਗੋਲੀਆਂ ਨੂੰ ਆਪਾਂ ਵੱਖ ਕਰ ਲਵਾਂਗੇ। ਜਿੰਨਾ ਕੁ ਆਪਾਂ ਲੈਮਨ ਸੋਡਾ ਬਣਾਉਣਾ ਹੋਏਗਾ ਉਸ ਹਿਸਾਬ ਨਾਲ ਆਪਾਂ ਇਹ ਪੈਕੇਟ ਲੈ ਲਵਾਂਗੇ ਹਾਜਮੁਲੇ ਦੇ। ਤੁਹਾਨੂੰ ਪਤਾ ਹੀ ਹੈ ਜੀ ਹਾਜਮੁਲੇ ਦੀਆਂ ਗੋਲੀਆਂ ਨੂੰ ਖਾਣ ਦੇ ਨਾਲ ਖਾਧਾ ਪੀਤਾ ਹਜ਼ਮ ਹੋ ਜਾਂਦਾ ਹੈ। ਜੇਕਰ ਆਪਾਂ ਇਸਦੀ ਇਹ ਵਾਲੀ ਡਰਿੰਕ ਬਣਾ ਕੇ ਪੀਵਾਂਗੇ, ਇਹ ਬਹੁਤ ਜ਼ਿਆਦਾ ਟੇਸਟੀ ਵੀ ਲੱਗਦੀ ਹੈ ਅਤੇ ਹਾਜ਼ਮੇਦਾਰ ਵੀ ਹੈ। ਇਸ ਦੀਆਂ ਸਾਰੀਆਂ ਗੋਲੀਆਂ ਨੂੰ ਆਪਾਂ ਇਕੱਠਾ ਕਰ ਲਵਾਂਗੇ। ਆਪਾਂ ਹਾਜਮੁਲੇ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਕੁੱਟ ਸਕਦੇ ਹਾਂ, ਇਸ ਦੀਆਂ ਗੋਲੀਆਂ ਨੂੰ ਬਿਲਕੁਲ ਬਰੀਕ ਕਰ ਸਕਦੇ ਹਾਂ ਕੁੱਟ ਕੇ, ਪਰ ਆਪਾਂ ਇਸ ਤਰੀਕੇ ਦੇ ਨਾਲ ਇਸ ਨੂੰ ਵਿਲਣੇ ਦੇ ਨਾਲ ਬਰੀਕ ਕਰ ਲਵਾਂਗੇ ਚੰਗੀ ਤਰ੍ਹਾਂ। ਫਿਰ ਵੀ ਗੋਲੀਆਂ ਬਰੀਕ ਹੋ ਜਾਣੀਆਂ ਕੁੱਟ ਕੇ। ਹੁਣ ਆਪਾਂ ਇਹ ਹਾਜਮੁਲੇ ਦੀਆਂ ਗੋਲੀਆਂ ਨੂੰ ਵੇਲਣੇ ਦੇ ਨਾਲ ਹਲਕਾ ਹਲਕਾ ਕੁੱਟ ਲਵਾਂਗੇ, ਜਾਂ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਤੋੜ ਲਵਾਂਗੇ ਤਾਂ ਕਿ ਇਹ ਬਿਲਕੁਲ ਬਰੀਕ ਹੋ ਜਾਣ। ਇਹ ਬਹੁਤ ਹੀ ਛੋਟੀ ਜਿਹੀ ਵੀਡੀਓ ਹੈ, ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ, ਬਿਲਕੁਲ ਸਕਿੱਪ ਨਾ ਕਰੋ ਜੀ ਵੀਡੀਓ ਨੂੰ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਹਾਜਮੁਲੇ ਦੀਆਂ ਗੋਲੀਆਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਵਾਂਗੇ, ਫਿਰ ਇਸ ਦੇ ਵਿੱਚ ਆਪਾਂ ਫਰੈਸ਼ ਪੁਦੀਨੇ ਦੇ ਪੱਤੇ ਪਾਵਾਂਗੇ ਅਤੇ ਇਹਨਾਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਰਗੜ ਲਵਾਂਗੇ ਅਤੇ ਬਿਲਕੁਲ ਬਰੀਕ ਕਰ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ ਜੀ। ਇਹ ਬਹੁਤ ਹੀ ਟੇਸਟੀ ਹਾਜਮੁਲਾ ਡਰਿੰਕ ਬਣ ਕੇ ਤਿਆਰ ਹੁੰਦੀ ਹੈ। ਇਸ ਤਰੀਕੇ ਦੇ ਨਾਲ ਆਪਾਂ ਇਸਨੂੰ ਬਿਲਕੁਲ ਬਰੀਕ ਪੀਸ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ, ਇਹ ਬਹੁਤ ਹੀ ਜ਼ਿਆਦਾ ਟੇਸਟੀ ਡਰਿੰਕ ਬਣ ਕੇ ਤਿਆਰ ਹੋਏਗੀ। ਹੁਣੇ ਪੀਸ ਕੇ ਤਿਆਰ ਹੈ। ਆਪਾਂ ਇਸ ਦੇ ਵਿੱਚ ਫਰੈਸ਼ ਪੁਦੀਨੇ ਦੇ ਪੱਤੇ ਪਾਵਾਂਗੇ, ਇਸ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ। ਹੁਣ ਆਪਾਂ ਇਸ ਦੀ ਹਾਜਮੁਲਾ ਡਰਿੰਕ ਬਣਾਵਾਂਗੇ।
ਇਸ ਦੇ ਲਈ ਆਪਾਂ ਗਲਾਸ ਦੇ ਵਿੱਚ ਬਰਫ ਪਾਵਾਂਗੇ। ਫਿਰ ਪੀਸੀ ਹੋਈ ਚੀਨੀ ਪਾਵਾਂਗੇ ਅਤੇ ਜੋ ਆਪਾਂ ਹਾਜਮੁਲੇ ਨੂੰ ਪੀਸ ਕੇ ਰੱਖਿਆ ਸੀ ਉਹ ਪੀਸਿਆ ਹੋਇਆ ਹਾਜਮੁਲਾ ਅਤੇ ਪੁਦੀਨਾ ਪਾਵਾਂਗੇ। ਪੀਸੇ ਹੋਏ ਹਾਜਮੁਲੇ ਨੂੰ ਆਪਾਂ ਗਲਾਸ ਦੇ ਵਿੱਚ ਪਾਵਾਂਗੇ। ਇਹ ਬਹੁਤ ਹੀ ਟੇਸਟੀ ਅਤੇ ਚਟਪਟੀ ਜਿਹੀ ਡਰਿੰਕ ਬਣ ਕੇ ਤਿਆਰ ਹੋਏਗੀ। ਚੰਗੀ ਤਰ੍ਹਾਂ ਆਪਾਂ ਇਸਨੂੰ ਮਿਕਸ ਕਰ ਲਵਾਂਗੇ। ਹੁਣ ਆਪਾਂ ਇਸਨੂੰ ਮਿਕਸ ਕਰ ਲਿਆ ਹੈ। ਇਸ ਦੇ ਵਿੱਚ ਆਪਾਂ ਨਿੰਬੂ ਨਿਚੋੜ ਕੇ ਪਾਵਾਂਗੇ। ਇਸ ਦੇ ਲਈ ਆਪਾਂ ਨਿੰਬੂ ਨੂੰ ਵੀ ਕੱਟ ਲਵਾਂਗੇ। ਗਲਾਸ ਦੇ ਵਿੱਚ ਸੋਡਾ ਪਾਵਾਂਗੇ। ਇਹ ਸਾਰਾ ਸੋਡਾ ਪਾਵਾਂਗੇ ਅਤੇ ਇਸ ਦੇ ਵਿੱਚ ਆਪਾਂ ਨਿੰਬੂ ਨਿਚੋੜ ਦੇਵਾਂਗੇ। ਟੇਸਟੀ ਹਾਜਮੁਲਾ ਡਰਿੰਕ ਬਣ ਕੇ ਤਿਆਰ ਹੈ। ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ ਜੀ। ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਤੋਂ ਪੂਰਾ ਆਖਿਰ ਤੱਕ ਦੇਖਣ ਦੇ ਲਈ ਧੰਨਵਾਦ।